हाँ जी किसान वीरों स्वागत है तुहाडा अपने यूट्यूब चैनल बाबा डेयरी फार्म दे उत्ते। अज दी वीडियो विच आपां पंज बैड़ां सेल लई लैके आए जी, आओ पहुंचदे हां वीर तों कली कली डिटेल। जी जी सत श्री अकाल। सत श्री अकाल जी। नाम ते एड्रेस दस दो जी। नाम गुरप्रीत है जी। ठीक है जी। पिंड आकलिया जलाला, जिला बठिंडा जी। तहसील जी? तहसील आपां नूं फूल पैंदे जी रामपुर। मोबाइल नंबर बोल दो जी मैडम। मोबाइल नंबर 7769 जी 055 30 जी। ठीक है। ये वीर दा कॉन्टैक्ट नंबर स्क्रीन उपर आ रहा, नोट कर लो जी। जिहड़ी आपां पहले नंबर ते बैठ दे रहे, किन्नी उमर आई जी? ਇਹ ਬਾਈ ਹੋਊਗੀ ਯਾਰ 25-26 ਮਹੀਨਿਆਂ ਦੀ। 25 ਤੋਂ 26 ਮਹੀਨਿਆਂ ਦੀ ਇਹਦੀ ਉਮਰ ਹੈ। ਠੀਕ ਹੈ ਜੀ। ਤੇ ਕਿਹੜੇ ਫਾਰਮ ਚੋਂ ਹੀ ਲੰਘਾ ਹੋਣਾ ਬਾਈ ਆਪਣਾ ਸਾਰੀਆਂ ਟੋਟਲੀ? ਠੀਕ ਹੈ। ਕੱਦ ਕਿਹੜੇ ਫਾਰਮ ਚੋਂ ਲੰਘਾ ਹੋਣਾ? ਕੱਦ ਗਾਠ ਬਹੁਤ ਆਣਾ ਜੀ ਬੈਡ ਦਾ। ਕੱਦ ਪੂਰਾ ਆ ਦੇ ਸਾਦੇ ਵੀਰ ਦੇ ਬਰਾਬਰ ਹੀ ਆਉਂਦੀ ਆ ਬੈਡ। ਹਾਂਜੀ। ਤੇ ਕਿਹੜੇ ਸੀਮਣ ਦੀ ਆ ਪਤਾ ਕੁਛ? ਇਹ ਬਾਈ ABS ਦੀ ਆ। ਠੀਕ ਹੈ ਜੀ। ਤੇ ਸਟ੍ਰਾਈਕਰ ਦੀ ਦੱਸਿਆ ਸੀ ਉਹਨਾਂ ਨੇ, ਲੈਂਡਮਾਰਕ ਤੋਂ ਗੱਬਣ ਹੋਈ ਵੀ 41-20 ਤੋਂ। ਠੀਕ। ਤੇ ਅੱਜ ਨੂੰ 35ਵਾਂ ਦੇਣਾ। ਅੱਜ ਜੇ ਕੋਈ ਵੀਰ ਆਏ ਲੈ ਲੂਗਾ ਆਪਾਂ ਐ ਵੇਚ ਦਾਂਗੇ ਬੱਚੀ, ਨਹੀਂ ਆਪਾਂ ਚੈੱਕ ਕਰਾ ਕੇ ਦੇ ਦਾਂ ਕੋਈ ਗੱਲ। ਠੀਕ ਹੈ ਠੀਕ ਹੈ ਵੀਰੇ। ਇਹ ਸਾਰੀਆਂ ਆਪਾਂ 5 ਤੇ 6 ਬਿਣਾ ਆਪਾਂ ਇਹ ਫਾਰਮ ਚੋਂ ਲਿਆ? ਇੱਕੋ ਹੀ ਫਾਰਮ ਚੋਂ ਆਂਗਾ ਬਾਈ, ਇਕੱਠੀਆਂ ਹੀ ਲੰਗਾ ਸਾਰੀਆਂ। ਠੀਕ ਹੈ ਠੀਕ ਹੈ ਵੀਰੇ। ਸਾਰੀਆਂ ਇੰਨੀ ਕੁਆਲਿਟੀ ਬਹੁਤ ਚੰਗੀ ਆ ਹਨਾ। ਹਾਂ ਬਾਈ, ਇਹਦਾ ਦੱਸਣ ਦੀ ਲੋੜ ਹੀ ਨਹੀਂ ਯਾਰ ਵੀ ਫਾਰਮ ਚੋਂ ਆਂਗੇ, ਮੈਂ ਤਾਂ ਖੁਦ ਹੀ ਦੱਸ ਦਿੰਦਾ। ਹਾਂ ਤੋਰ ਦੇ, ਮਾੜੀ ਤੋਰ ਕੇ ਦਿਖਾ ਦੋ ਇਹਨੂੰ। ਹਾਂ ਬਾਈ, ਕੱਦ ਕਾਠ ਬਹੁਤ ਚੰਗੇ ਹੀ, ਪ੍ਰਿੰਟ ਵਗੈਰਾ ਤੁਹਾਡੇ ਸਾਹਮਣੇ ਸਟicker ਦੀ ਆ, ਇਹ ਚੰਗੇ ਸੀਮਣ ਦੀ ਆ। ਬਾਕੀ ਕੱਦ ਕਾਠ ਦਾ ਮੁੱਲ ਹੁੰਦਾ ਜੀ ਉਹ ਤੁਹਾਡੇ ਸਾਹਮਣੇ, ਜਾਂ ਦੇ ਸਕਦੇ ਫੇਸ ਕੁਆਲਿਟੀ ਵੀ ਚੰਗੀ ਆ। ਇੱਕੋ ਫਾਰਮ ਚੋਂ ਆਈਆਂ ਵੀ ਆ 5 ਬੱਚੀਆਂ ਜੀ, ਬਹੁਤ ਚੰਗੀ ਕੁਆਲਿਟੀ ਆ ਸਾਰਿਆਂ ਦੀ। ਇਹਦਾ ਕੀ ਰੇਟ ਰੱਖਿਆ ਵੀਰ? ਇਹਦਾ ਬਾਈ ਆਪਾਂ ਫੋਨ ਤੇ ਕਰਾਂਗੇ। ਅੱਛਾ ਜੀ। ਜੇ ਕੋਈ ਆਪਾਂ ਤੋਂ ਐ ਬੈਠ ਲਊਗਾ ਤਾਂ ਆਪਾਂ ਐ ਦੇ ਦਾਂਗੇ, ਨਹੀਂ ਫਿਰ ਆਪਾਂ ਚੈੱਕ ਕਰਾ ਕੇ ਦੇ ਦਾਂਗੇ ਬਾਈ। ਠੀਕ ਹੈ ਵੀਰੇ, ਮੰਨ ਲਓ ਵੀਰੇ ਮਾੜਾ ਲੈ ਚੱਲ ਬਾਈ, ਤਲਿਆਰੇ ਤੋਂ ਕਰ ਦਿੰਦੇ ਆ। ਹਾਂ, ਥੋੜਾ ਤਲਿਆਰੇ ਦੀ ਹਲਕਤ ਮੰਨਦੇ, ਉੱਥੇ ਖੁੱਲੀਆਂ ਛੱਡੀਆਂ ਹੋਈਆਂ। ਖੁੱਲਾ ਹੀ ਹੁੰਦੀਆਂ ਬਾਈ ਫਾਰਮਾਂ 'ਚ ਤਾਂ। ਠੀਕ ਆ, ਉੱਥੇ ਖੁੱਲੀਆਂ ਛੱਡੀਆਂ ਹੋਈਆਂ ਸੀ। ਹਾਂ, ਬਸ ਉਹਨਾਂ ਦੇ ਆਹੀ ਮਤਲਬ ਗਿਆ ਤਾਂ ਆਪਾਂ ਨੂੰ ਲੱਗਦਾ ਜੀ ਸਾਰਾ ਕੁਝ ਉਹਨਾਂ ਦੀ ਫਾਰਮਾਂ 'ਚ। ਥਣ ਵਗੈਰਾ ਦਿਖਾ ਰਹੀ ਹੈ ਨੇੜ। ਹਾਂ ਬਾਈ, ਥਣ ਚਾਰੇ ਉੱਤੇ ਆ, ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ, ਚੰਗੀ ਆ ਜੀ ਬੈਡ। ਹਾਂ ਬਾਈ, ਤੇ ਰੇਟ ਇਹਦਾ ਵੀਰ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ। ਚਲੋ ਕੋਈ ਨਹੀਂ, ਅੱਗੇ 2 ਨੰਬਰ ਤੇ ਵੀਰ, ਕਿੰਨੀ ਕੁ ਉਮਰ ਹੈ ਬੈਡ ਦੀ? ਇਹ ਬਾਈ 13 ਕੁ ਮਹੀਨਿਆਂ ਦੀ ਬੱਚੀ ਆ। 13 ਮਹੀਨਿਆਂ ਦੀ ਇਹਦੀ ਉਮਰ ਆ। ਹਾਂ ਬਾਈ। ਠੀਕ ਹੈ। ਕਿਹੜੇ ਸੀਮਨ ਦੀ ਆ ਪਤਾ ਕੁਛ? ਇਹ ਬਾਈ ABS ਦੀ ਹੋਈ ਹੈ, ਵੀ ਸਟicker ਦੀ ਹੋਈ ਆ। ਸਟicker ਦੀ ਆ, ਥਣ ਬਹੁਤ ਚੰਗਾ ਆ, ਝੂਣੀ ਝੂਣੀ ਬਹੁਤ ਚੰਗੀ ਆ ਜੀ। ਇਹ ਵੀ ਸਟicker ਬੋਲਦੀ ਆ ਜੀ, ਤੇ 14 ਮਹੀਨਿਆਂ ਦੀ ਇਹਦੀ ਉਮਰ ਆ। ਫੇਸ ਕੁਆਲਿਟੀ ਬਹੁਤ ਚੰਗੀ ਆ, ਨੇੜ ਤੋਂ ਚੈੱਕ ਕਰਵਾਉਂਦੇ ਆ, ਟੈਟੂਗਾ ਲੱਗੇ ਵੀ ਆ ਫਾਰਮ ਵਾਲੇ ਸਾਰੇ। ਹਾਂ ਬਾਈ, ਹਾਂ ਮਾੜੀ ਤੋਰ ਕੇ ਦਿਖਾਓ ਵੀਰ। ਤੋਰੀ ਬਾਈ, ਇਹ ਬਾਈ ਫਾਰਮ ਚੋਂ ਆਈਆਂ ਕਰਕੇ ਯਾਰ ਥੋੜੀ ਤਲਿਆਰਿਆਂ ਦੀ ਹਲਕਤ ਮੰਨ ਤਾਕਤ ਜ਼ਿਆਦੇ ਮੰਨਦੀਆਂ ਯਾਰ, ਧੱਕਾ ਹੀ ਬਹੁਤ ਕਰ ਦਿੰਦਾ। ਠੀਕ ਹੈ ਜੀ। ਹਾਂ ਕੋਈ, ਆ ਦੇਖ ਸਕਦੇ ਫੇਸ ਕੁਆਲਿਟੀ ਬਹੁਤ ਚੰਗੀ, ਬਰੀਡ ਵਗੈਰਾ ਟੌਪ ਦੀ ਆ, ਕੱਦ ਕਾਠ ਵੀ ਚੰਗਾ ਜੀ, ਪੂਰੀਆਂ ਸਮੀਆਂ ਬੈੜਾਂ ਨੇ ਜੀ। ਲਓ ਮੋੜ ਲਓ, ਬੰਨ ਲਓ ਵੀ। ਆ ਦੇਖ ਸਕਦੇ ਨੇੜ ਤੋਂ ਚੈੱਕ ਕਰ ਲਓ, ਟੈਟੂ ਸਾਰੇ ਇਹਨਾਂ ਦੇ ਪਾਏ ਵੇ ਆ, ਕੋਈ ਵੈਕਸੀਨ ਦੇ ਹੋ ਸਕਦੇ ਆ, ਸਾਰੇ ਨੰਬਰ ਨੰਬਰ ਵਾਲੇ ਹੁੰਦੇ ਆ ਇਹ। ਲੈ ਚਲੋ ਬੰਨ ਲਓ ਕੋਈ। ਇਹਦਾ ਕੀ ਰੇਟ ਰੱਖਿਆ ਵੀਰ? ਇਹਦਾ ਬਾਈ 18,000 ਰੁਪਇਆ ਮੁੱਲ ਆ। ਠੀਕ ਆ, ਮਾਨਤਾਨ ਹੋ ਜੂ? ਮਾਨਤਾਨ ਜ਼ਰੂਰ ਕਰਾਂਗੇ ਬਾਈ। ਠੀਕ ਆ, 18,000 ਰੁਪਇਆ ਵੀਰ ਇਹਦਾ ਰੇਟ ਰੱਖਿਆ ਜੀ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂਗਾ ਜੀ। ਤੇ ਫਾਰਮ ਚੋਂ ਖੁੱਲੀਆਂ ਆਈਆਂ ਕਰਕੇ ਥੋੜਾ ਧੱਕਾ ਕਰਦੀਆਂ ਨੇ। ਹਾਂਜੀ। ਅੱਗੇ 3 ਨੰਬਰ ਤੇ ਵੀਰ, ਇਹ ਕਿਹੜੇ ਸੀਮਨ ਦੀ? ਇਹ ਬਾਈ ਡੈਨਮਾਰਕ ਦੀ ਆ, 41-16 ਦੀ ਆ। 41-116 ਦੀ, ਕਿੰਨੀ ਕੁ ਉਮਰ ਹੈ ਇਹਦੀ? ਇਹਦੀ ਬਾਈ ਯਾਰ 10 ਕੁ ਮਹੀਨਿਆਂ ਦੀ ਹੋਊਗੀ। 10 ਕੁ ਮਹੀਨਿਆਂ ਦੀ ਇਹਦੀ ਉਮਰ ਆ। ਫੇਸ ਕੁਆਲਿਟੀ ਨੇੜ ਤੋਂ ਚੈੱਕ ਕਰ ਲਓ, ਟੈਟੂ ਕਿੰਨਾ ਲੱਗੇ ਹੋਇਆ, ਇਹਨੂੰ ਮਾੜੀ ਤੋਰ ਕੇ ਦਿਖਾ ਲਓ। ਕੱਦ ਕਾਠ ਚੰਗਾ ਜੀ, ਕਾਲੇ ਰੰਗ 'ਚ ਜ਼ਿਆਦੇ ਪੈਂਦੀ ਆ, ਚਿੱਟਾ ਰੰਗ ਇਹਦੇ 'ਚ ਘੱਟ ਆ ਜੀ। ਆ ਦੇਖ ਸਾਨੂੰ ਮਿਲ, ਇਹਦਾ ਸੀਮਨ ਦਾ ਰਿਕਾਰਡ ਬਹੁਤ ਚੰਗਾ ਜੀ, 18,000+ ਆ ਜੀ। ਟੋਲੀ ਚਾਲੀ ਪੂਰੀ ਬਣੀ ਹੋਈ ਆ ਬਾਈ। ਖਾਣ ਤੁਹਾਨੂੰ ਨੇੜ ਤੋਂ ਦਿਖਾਵਾਂਗੇ, ਖਾਣ ਤੁਹਾਨੂੰ ਚੰਗਾ ਜੀ। ਲਿਆ ਮੋੜ ਲਿਓ ਵੀ। ਇਹਦਾ ਕੀ ਰੇਟ ਰੱਖਿਆ ਜੀ? ਇਹਦਾ ਬਾਈ 15,000 ਰੁਪਇਆ। 15,000 ਮਾਨਤਾਨ ਹੋ ਜੂ ਜੀ? ਹਾਂ ਬਾਈ, ਮਾਨਤਾਨ ਜ਼ਰੂਰ। ਠੀਕ ਹੈ, ਬੰਨ ਲੈ ਵੀਰ, ਲੈ ਚੱਲ। ਆ ਦੇਖ ਸਕਦੇ ਥਣ ਵਗੈਰਾ ਚੰਗੇ ਆ ਜੀ, ਕੱਲਾ ਕੱਲਾ ਨਿਕੜ ਮਾ ਥਣ ਆ ਜੀ, ਦੇਖ ਸਕਦੇ ਨੇੜ ਤੋਂ ਝੋਲੀ ਝੋਲੀ ਪੂਰੀ ਚੰਗੀ ਆ ਜੀ, ਤੇ ਪੂਰੀ ਠੰਡੀ ਸੀਲ ਆ ਬੱਚੀ ਇਹ। ਅੱਗੇ ਵੀਰੇ ਇਹਦੇ ਬਾਰੇ, ਇਹਦੀ ਕਿੰਨੀ ਕੁ ਉਮਰ ਆ ਬੈਠ ਦੇ ਬਾਈ? 23 ਮਹੀਨਿਆਂ ਦੀ। 23 ਮਹੀਨਿਆਂ ਦੀ ਇਹਦੀ ਉਮਰ ਆ। ਫੇਸ ਕੁਆਲਿਟੀ ਇਹਦੀ ਬਹੁਤ ਟੌਪ ਦੀ ਆ, ਦੇਖ ਸਕਦੇ ਜੀ। ਤੇ ਇਹਦੇ ਤਾਂ ਨਹੀਂ ਸੀਮਨ ਸੁਮਨ ਲੱਗਿਆ ਹਜੇ? ਇਹਦੇ ਬਾਈ ਸੀਮਨ ਲਵਾਇਆ ਵਾ, 20 ਕੁ ਦਿਨ ਹੀ ਹੋਏ। 20 ਕੁ ਦਿਨ ਹੀ ਹੋਇਆ? ਹਾਂ ਬਾਈ। ਠੀਕ ਹੈ, ਖਾਲੀ ਮੰਨ ਕੇ ਲੈ ਜਾਏ? ਖਾਲੀ ਮੰਨ ਕੇ ਦੇਵਾਂਗੇ ਬਾਈ। ਠੀਕ ਹੈ, ਕਿਹੜੇ ਸੀਮਨ ਦੀ ਹੈ ਇਹਦਾ ਵੀਰੇ? ਯਾਰ ਆਪਾਂ ਨੂੰ ਇਹਦੇ ਸੀਮਨ ਦਾ ਨਹੀਂ ਪਤਾ, ਰਿਕਾਰਡ ਆਪਣੇ ਕੋਲ ਸਾਰੇ ਪਏ ਇਹਨਾਂ ਦੇ। ਠੀਕ ਹੈ, ਕੱਲੀ ਕੱਲੀ ਬੱਚੀ ਦਾ ਆਪਾਂ ਰਿਕਾਰਡ ਦੇ ਦਾਂਗੇ। ਠੀਕ ਹੈ ਵੀਰੇ, ਸੀਮਨ ਦਾ ਸਾਰੇ ਰਿਕਾਰਡ ਦੇ ਦਾਂਗੇ ਬਾਈ। ਕੱਦ ਕਾਠ ਚੰਗਾ ਜੀ, ਪ੍ਰਿੰਟ ਵਗੈਰਾ ਟੌਪ ਦਾ ਜੀ, ਫੇਸ ਕੁਆਲਿਟੀ ਬੜੀ ਜ਼ਬਰਦਸਤ ਆ, ਸਾਰੀਆਂ ਵੈੜਾਂ ਇਹਨੇ ਸਨੱਖੀਆਂ ਨੇ, ਆ ਦੇਖ ਸਕਦੇ ਜੀ। ਵਜਨ ਵੁਜਨ ਬਹੁਤ ਆ ਬਾਈ, ਸਮੀ ਪਲੀ ਵੀ ਆ। ਵਜਨ ਵੁਜਨ ਬਹੁਤ ਚੰਗਾ ਜੀ ਇਹਦਾ, ਪੱਠ ਫੁੜੇ ਦੀ ਵੀ ਚੰਗੀ ਆ ਜੀ, ਦਿਖਾਵਾਂਗੇ ਪਿੱਛੇ ਤੋਂ। ਆ ਦੇਖ ਸਕਦੇ ਜੀ, ਪੱਠ ਫੁੜੇ ਦੀ ਬਹੁਤ ਚੰਗੀ ਵੈੜ ਆ ਜੀ। ਮੋੜ ਲਿਓ ਵੀਰ, ਮੋੜ ਲਿਓ, ਮੋੜ ਲਿਓ।
ਪਿੱਠਪੁੜੇ ਦੀ ਪੂਰੀ ਚੰਗੀ ਆ ਜੀ, ਥਾਣੇ ਥੋੜਾ ਨੇੜ ਤੋਂ ਦਿਖਾ ਦਿੰਦੇ ਚੰਗੇ ਸੀਵਣ ਦੀ ਆ ਜੀ, ਤੇ 20 ਕੁ ਦਿਨ ਹੋ ਗਏ ਇਹਦੇ ਸੀਵਣ ਲੱਗੇ ਨੂੰ, ਆਹ ਦੇਖ ਝੋਲੀ ਝੋਲੀ ਚੰਗੀ ਆ, ਚਾਰੇ ਥਾਂ ਨਿਕਲਣ ਦੇ ਪੂਰੇ ਗੈਪ ਤੇ ਲੱਗੇ ਹੋਏ ਆ। ਤੇ ਕੀ ਰੇਟ ਰੱਖਿਆ ਦਾ ਵੀਰ ਇਹਦਾ? ਬਾਈ ਲੈਣ ਦੇਣ 20,000 ਰੁਪਇਆ। 20,000 ਮਾਨਤਾਨ ਕਰ ਦੋਗੇ? ਹਾਂ ਬਾਈ ਮਾਨਤਾਨ ਕਰ ਦੋਗੇ। ਠੀਕ ਹੈ ਜੀ, 20,000 ਰੁਪਇਆ ਵੀਰ ਨੇ ਜਾਇਜ਼ ਜਿਹਾ ਰੇਟ ਰੱਖਿਆ ਜੀ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ। ਅੱਗੇ ਵੀਰੇ ਲਾਸਟ ਦੇ ਦੀ ਕਿੰਨੀ ਕੁ ਉਮਰ? ਇਹ ਬਾਈ 12 ਮਹੀਨਿਆਂ ਦੀ ਹੈ। 12 ਮਹੀਨਿਆਂ ਦੀ ਉਮਰ ਆ। ਠੀਕ ਹੈ ਜੀ, ਕਿਹੜੇ ਸੀਵਣ ਦੀ ਹੈ ਇਹ ਬਾਈ? ਆਈਵੀਐਸ ਦੀ ਆ, ਸਟੈਕਰ ਦੀ ਆ। ਠੀਕ ਹੈ, ਸਟੈਕਰ ਦੀ ਹੈ ਵੀਰ। ਝੋਲੀ ਝਾਲੀ ਪੂਰੀ ਵਧੀਆ ਬਾਈ, ਝੋਲੀ ਝਾਲੀ ਚੰਗੀ ਹੈ, ਥਾਣ ਕੱਲਾ ਕੱਲਾ ਨਿਖੜਵਾ ਥਾਣ ਨੇੜ ਤੋਂ ਚੈੱਕ ਕਰਵਾ ਦੇ, ਆ ਦੇਖ ਸਕਦੇ ਜੀ। ਤੇ ਮੜੀ ਤੋਰ ਕੇ ਦਿਖਾ ਦੇ ਵੀਰੇ, ਤੋਰ ਦੇ ਬਾਈ। ਬਾਕੀ ਬਾਈ ਉਹਨਾਂ ਦੇ ਜਿਹੜੇ ਫਾਰਮ ਦੀਆਂ ਬੈੜਾਂ ਸਾਰੀਆਂ ਪਹਿਲੇ ਸੂਏ 30 ਲੀਟਰ ਤੋਂ ਬਾਹਰ ਹੀ ਚੱਲਦੀਆਂ। ਠੀਕ ਹੈ, ਹਾਂ ਆਪਾਂ ਨਾਰਮਲ ਜਿਹਾ ਮੰਨ ਕੇ ਜਾਵਾਂ ਵੀ 28 ਲੀਟਰ ਦਾ ਹਰੇਕ ਦੇ ਘਰੇ ਕੱਢਾਂਗੇ। ਠੀਕ ਹੈ ਵੀਰੇ, ਹਾਂ ਬਾਈ, ਫਾਰਮ ਦਾ ਕਰਕੇ ਕਪੈਸਿਟੀ ਚੰਗੀ ਹੈ, ਚੰਗੇ ਸੀਮਨ ਲਵਾਏ ਹੋਏ ਸੀਗੇ ਸਾਰੇ, ਆ ਦੇਖ ਸਕਦੇ ਪ੍ਰਿੰਟ ਵਗੈਰਾ ਚੰਗਾ, ਕੱਦ ਕਾਠ ਚੰਗਾ ਜੀ, ਖਾਣ ਵਗੈਰਾ ਤੁਹਾਨੂੰ ਨੇੜ ਤੋਂ ਦਿਖਾਈ ਦਿੱਤੇ, ਬਹੁਤ ਚੰਗੀ ਹੈ ਵੀ, ਟੌਪ ਦੀ ਬੈੜ ਆ ਜੀ, ਥੋੜੀ ਜਿਹੀ ਲੱਸੀ ਪੈਂਦੀ ਹੈ, ਲੱਸਾ ਪਾਣ ਦਿਖਾਉਂਦੀ ਹੈ, ਉਹ ਚੰਗੀ ਹੈ ਬੈੜ, ਬਰੀਟ ਦੀ ਚੰਗੀ ਆ, ਕੰਨ ਕੁੰਨ ਵੀ ਚੰਗਾ, ਆ ਦੇਖ ਸਕਦੇ ਫੇਸ ਕੁਆਲਿਟੀ ਨੇੜ ਤੋਂ ਚੈੱਕ ਕਰ ਲਓ, ਤਲਿਆਰੇ ਦੀ ਹਲਕਤ ਮਾਨਦੀ ਆ। ਇਹਦਾ ਕੀ ਰੇਟ ਰੱਖਿਆ ਵੀਰ? ਇਹਦਾ ਬਾਈ 18,000 ਰੁਪਇਆ। 18,000 ਮਾਨਤਾਨ ਕਰ ਦੋਗੇ? ਠੀਕ ਹੈ, 18,000 ਰੁਪਇਆ ਵੀਰ ਨੇ ਦੀ ਡਿਮਾਂਡ ਰੱਖੀ ਜੀ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ। ਜੇ ਕੋਈ ਵੀਰ ਕਹਿੰਦਾ ਜੋੜਾ ਲੈ ਜੂ ਜਾਂ ਸਾਰੀਆਂ ਇਕੱਠੀਆਂ ਲੈ ਜੂ, ਤਾਂ ਉਹ ਜਿਹਾ ਚੰਗਾ ਮਾਨਤਾਨ ਬਾਈ ਜ਼ਰੂਰ ਕਰਾਂਗੇ। ਠੀਕ ਹੈ ਜੀ, ਬਾਕੀ ਆਪਾਂ ਜਾਣੀ ਆ ਫਾਰਮਾਂ ਚ 40,000 ਰੁਪਏ ਦੀ ਬੱਚੀ ਦਿੰਦੇ ਆ। ਹਾਂ ਸਹੀ ਹੈ, ਲੇਬਰ ਦੀ ਥੋੜੀ ਸਮੱਸਿਆ ਕਰਕੇ ਇਕੱਠੇ ਹੀ ਲਈਆਂ ਸੀ ਆਪਾਂ, ਵੈਸੇ ਵੀ ਉਹਨਾਂ ਤੋਂ ਛੋਟੀਆਂ ਵੱਡੀਆਂ। ਠੀਕ ਹੈ ਜੀ, ਆਪਾਂ ਉਹੋ ਜਿਹੇ ਹਿਸਾਬ ਨਾਲ ਲੈ ਲਾਂਗੇ ਸਾਰਾ ਬਾਈ। ਠੀਕ, ਜਿਵੇਂ ਹਿਸਾਬ ਚਾਹੀਏ ਆਪਾਂ ਉਹੋ ਹਿਸਾਬ ਚ ਫਾਰਮਰ ਨੂੰ ਦੇਵਾਂਗੇ। ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਫਾਰਮਰ ਦਾ ਸਭ ਦਾ ਨੁਕਸਾਨ ਹੋਇਆ, ਕਿੰਨੀਆਂ ਗਾਈਆਂ ਬਣ ਸਕਦੀਆਂ। ਲਾਲਚ ਨਹੀਂ ਕਰਦੇ ਉਹ ਜਿਹਾ, ਇਹ ਨਹੀਂ ਹੈਗਾ ਵੀ ਇਹਨਾਂ ਦਾ 30-30 40-40 ਮੰਗ ਕੇ ਖੜ ਗਏ, ਹੈ ਨਾ, ਚੰਗੀਆਂ ਨੇ ਬੈੜਾ ਦੇ ਸਕਦੇ ਹੈਗਾ, ਬੱਚੀਆਂ ਸਾਰੀਆਂ ਚੰਗੀਆਂ ਬਈ। ਟੌਪ ਕੁਆਲਿਟੀ ਦੀਆਂ ਬੱਚੀਆਂ ਨੇ, ਜੀ ਤੋਂ ਬਾਹਰ ਕੇ ਸਾਰੀਆਂ ਬੱਚੀਆਂ, ਇਹਨਾਂ ਨੇ ਪਜਾਂ ਪੂਣ ਸਾਰਾ ਕੁਝ ਦੱਸ ਨੇ, ਬਾਕੀ ਉਹ ਕਹਿੰਦੇ ਕਿ ਲੋਕੀ ਫਾਰਮ ਦੀਆਂ ਬੱਚੀਆਂ। ਹਾਂਜੀ ਹਾਂਜੀ, ਇਹ ਤਾਂ ਹੈ। ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ, ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਜੀ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ, ਥੈਂਕ ਯੂ ਵੈਰੀ ਮਚ।